ਹਰ ਮੁਟਿਆਰ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਵਿਆਹ ਦੇ ਮੌਕੇ ਤੇ ਸਭ ਤੋਂ ਅਲੱਗ ਅਤੇ ਸੋਹਣੀ ਲੱਗੇ। ਵਿਆਹ ਦਾ ਦਿਨ ਹਰ ਕੁੜੀ ਲਈ ਬਹੁਤ ਅਹਿਮ ਹੁੰਦਾ ਹੈ। ਜੀ ਹਾਂ, ਉੱਤਰੀ ਭਾਰਤ ਤੇ ਵਿਦੇਸ਼ਾਂ 'ਚ ਫੈਸ਼ਨ ਦੀ ਦੁਨੀਆ 'ਚ ਪ੍ਰਸਿੱਧ ਰੋਜ਼ਿਟ ਫੈਸ਼ਨ ਦੁਆਰਾ ਰੋਜ਼ਿਟ ਕਲੈਕਸ਼ਨ ਦੇ ਨਾਮ ਤੇ ਫਾਰਮਲ ਸੂਟਾਂ ਅਤੇ ਬ੍ਰਾਈਡਲ ਵੀਅਰ ਦੀ ਨਵੀਂ ਰੇਂਜ 666 ਮਾਡਲ ਟਾਊਨ ਜਲੰਧਰ ਵਿਖੇ ਹੀ ਸ਼ੁਰੂ ਕੀਤੀ ਗਈ ਹੈ, ਜਿਸ 'ਚ ਪ੍ਰਸਿੱਧ ਫੈਸ਼ਨ ਡਿਜ਼ਾਈਨਰ ਰੂਪਾਲੀ ਸਿੰਘ ਵੱਲੋਂ ਡਿਜ਼ਾਈਨ ਕੀਤੇ ਕੱਪੜੇ ਪ੍ਰਦਰਸ਼ਿਤ ਕੀਤੇ ਗਏ। ਇਸ ਦਾ ਉਦਘਾਟਨ ਸ਼੍ਰੀਮਤੀ ਸਰਬਜੀਤ ਕੌਰ ਟਰਸਟੀ ਅਜੀਤ ਗਰੁੱਪ ਵੱਲੋਂ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਸਰਬਜੀਤ ਕੌਰ ਨੇ ਦੱਸਿਆ ਕਿ ਰੋਜ਼ਰ ਦੇ ਪੋਸ਼ਾਕ ਹਮੇਸ਼ਾ ਹੀ ਗਾਹਕਾਂ ਨੂੰ ਬਹੁਤ ਪਸੰਦ ਆਉਂਦੇ ਹਨ। ਉਹਨਾਂ ਨੇ ਕਿਹਾ ਕਿ ਹੁਣ ਜਿਸ ਦੇ ਘਰ ਵਿਆਹ ਹੋਵੇਗਾ ਉਹਨਾਂ ਨੂੰ ਸਾਰਾ ਕੁਝ ਇੱਕੋ ਛੱਤ ਹੇਠਾਂ ਉਪਲਬਧ ਹੋਵੇਗਾ। ਰੋਜ਼ਿਟ ਕਲੈਕਸ਼ਨ ਵੱਲੋਂ ਆਪਣੇ ਪੂਰੇ ਇਸ ਕੰਪਲੈਕਸ ਦੇ ਵਿੱਚ ਬੁਟੀਕ ਹੈ, ਸ਼ੋਰੂਮ ਹੈ, ਔਰ ਇੱਕ ਨਈ ਐਡੀਸ਼ਨ ਕੀਤੀ ਹੈ ਬ੍ਰਾਈਡਲ ਲਈ ਕਲੈਕਸ਼ਨ। ਹਰ ਏਜ ਗਰੁੱਪ ਦੇ ਲੇਡੀਜ਼ ਲਈ ਬ੍ਰਾਈਡਲ ਔਰ ਫੰਕਸ਼ਨ ਲਈ ਫੋਰਮਲ ਇੱਥੇ ਸਾਰੇ ਕੱਪੜੇ ਨੇ, ਅਤੇ ਅੱਗੋਂ ਮੈਰਿਜ ਦਾ ਸੀਜ਼ਨ ਵੀ ਆ ਰਿਹਾ ਹੈ ਅਤੇ ਬਹੁਤ ਅੱਛੀ ਕਲੈਕਸ਼ਨ ਇਨ ਅੰਡਰ ਵਨ ਰੂਫ। ਹਾਂ, ਅਤੇ ਮੈਨੂੰ ਲੱਗਦਾ ਅੱਛਾ ਰਿਸਪੋਂਸ ਰਹੂਗਾ ਔਰ ਕਸਟਮਰ ਨੂੰ ਵੀ ਬਹੁਤ ਫਾਇਦਾ ਆ, ਕਨਵੀਨੀਅੰਟ ਹੈ ਕਿ ਇੱਕੋ ਜਗ੍ਹਾ ਸਾਰਾ ਕੁਝ ਮਿਲ ਜਾਊਗਾ। ਰੂਪਾਲੀ ਸਿੰਘ, ਜੋ ਕਿ 1998 ਤੋਂ ਫੈਸ਼ਨ ਦੀ ਦੁਨੀਆ ਵਿੱਚ ਆਪਣੇ ਹੁਨਰ ਦਾ ਲੋਹਾ ਮਨਵਾ ਰਹੇ ਹਨ, ਨੇ ਦੱਸਿਆ ਕਿ ਰੋਜ਼ਿਟ ਫੈਸ਼ਨ ਵੱਲੋਂ ਤਿਆਰ ਕੀਤੇ ਕੱਪੜਿਆਂ ਦੀ ਬਾਜ਼ਾਰ ਵਿੱਚ ਵੱਧ ਰਹੀ ਮੰਗ ਨੂੰ ਦੇਖਦੇ ਹੋਏ ਫਾਰਮਲ ਸੂਟਾਂ ਤੇ ਬ੍ਰਾਈਡਲ ਵੇਅਰਸ ਲਈ ਇੱਕ ਵੱਖਰਾ ਸੈਕਸ਼ਨ ਖੋਲਿਆ ਗਿਆ ਹੈ। ਇਸ ਨਾਲ ਇੱਥੇ ਗਾਹਕਾਂ ਨੂੰ ਨਵੇਂ ਡਿਜ਼ਾਈਨਾਂ ਦੇ ਕੱਪੜੇ ਤਿਆਰ ਮਿਲਣਗੇ, ਉੱਥੇ ਮੰਗ ਅਨੁਸਾਰ ਵੀ ਕੱਪੜੇ ਤਿਆਰ ਕੀਤੇ ਜਾਣਗੇ। ਆਪਣੇ ਕੋਲ ਬ੍ਰਾਈਡਲ ਫਾਰਮਲ ਵੇਅਰ ਐਂਡ ਕੈਜੂਅਲ ਵੇਅਰ ਸਾਰੀ ਵੈਰਾਈਟੀ ਹੈ। ਹਾਂਜੀ, ਇਹ ਕਿ ਸਾਰਾ ਕੁਛ ਇਨ ਹਾਊਸ ਬਣਿਆ, ਕੁਛ ਵੀ ਬਾਹਰੋਂ ਨਹੀਂ ਹੈ, ਸਾਰਾ ਅਸੀਂ ਇੱਥੇ ਬੁਟੀਕ 'ਚ ਬਣਵਾਇਆ। ਇਸ ਮੌਕੇ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਤੋਂ ਇਲਾਵਾ ਸ਼੍ਰੀਮਤੀ ਜਸਵਿੰਦਰ ਕੌਰ ਜੋਜੀ ਸਿਆਲ, ਸਰਵਿੰਦਰ ਕੌਰ ਚੀਫ ਐਗਜ਼ੀਕਿਊਟਿਵ ਅਜੀਤ ਸਮੂਹ ਅਤੇ ਗੁਰਜੋਤ ਕੌਰ ਸੀਨੀਅਰ ਐਗਜ਼ੀਕਿਊਟਿਵ ਅਜੀਤ ਸਮੂਹ ਮੌਜੂਦ ਸਨ। ਆਓ ਇੱਕ ਨਜ਼ਰ ਮਾਰਦੇ ਹਾਂ ਰੋਜ਼ਿਟ ਬੁਟੀਕ ਦੀ ਇਸ ਖੂਬਸੂਰਤ ਕਲੈਕਸ਼ਨ ਵੱਲ।